بسم الله الرحمن الرحيم اللهم صلاتك عليه وعلى أبويه في هذه الساعة وفي كل ساعة من ساعة الليل والنهار وليا وحافظا وقائدا وناصرا ودليلا وآية حتى تسكنه أرزك عتبا وتمتعه فيها طويلا آمين يا رب محمد وآل محمد حق صاحب الزمان أدركني في سبيل الله اللهم صل على محمد و سفر طويل ہے جب تجیو تجھے درشنا دیا سفر طویل ہے سفر طویل ہے راہ نجات چھوٹی ہے علی کا ذکر بڑا ہے حیات کیسے میں مولا کائنات کہوں علی کا نام بڑا ہے سیدھا پیش کر رہا ہوں ہے بزوئی صحیح میں میں ایک میں گروہ لیا ہو یا سید فقیر میں کہیں نہیں کوئی طوفان یا بندے مار میرے دل وچ اے حسرت نہیں سن دے پیو چونکہ دربار محمد والے محمد ہے بس ایک قصیدہ پیش کرانا تیری ساری مادری پتری زبان سرے کی ادب
ਜੀ ਸਰੇ ਕੀ ਅਦਬ ਬਈ ਸਾਜਦ ਚੂੰਕਿ ਪਾਕਿਸਤਾਨ ਦਾ ਮਜਮਾ ਹੈ ਅਸਕਲਮ ਅਨੀਸ ਸਰੇਕੀ ਸ਼ੇਰ ਉਲ ਇਮਰਾਨ ਜ਼ਾਕਿਰ ਖਾਦਮ ਹੁਸੈਨ ਹਾਸ਼ਮੀ ਮੌਜੂ ਹੈ ਖੁਮੇ ਕਦੀ ਜਾਗਦੇ ਬੈਠੇ ਹੋ ਨਾ ਜਗਤ ਜੀ ਵੋ ਖੁਮੇ ਕਦੀ ਜੀ ਬਾਤ ਕਿਆ ਹੈ ਬਈ ਕਸੀਦ ਇਤਿਹਾਰ ਭਾਈ ਹਬੀਬ ਸ਼ਾਹ ਜੀ ਅੱਬਸ ਬਈ ਸਿੱਧੇ ਸਾਦੇ ਫਕੀਰ ਲੋਕੇ ਮੇਰੇ ਪਾਸਰੇ ਕੀ ਮਤਲਬ ਕੋਈ ਛੰਡਕਾ ਫੋਕਿਆ ਬੈਠਾ ਹੋਵੇ ਉਹਦਾ ਮੈਂ ਜਵਾਬ ਨਹੀਂ ਮੇਰੇ ਪਾਸਰੇ ਕਹੇ ਜਿਹੜੇ ਪਿੰਨਣ ਮੰਗਣ ਵਾਲੇ ਕੋ ਪਤਾ ਲੱਗਦੇ ਜੋ ਪਿੰਨਣਾ ਈ ਪਾਉਂਦੇ ਈ ਨਹੀਂ ਪਿੰਨਣਾ ਪਾਉਂਦੇ ਮੌਜੂ ਕਿਆ ਹੈ ਕਿਬਲਾ ਪੀਰ ਹਬੀਬ ਸ਼ਾਹ ਯਾ ਹਾਜੀ ਨਾਸਰ ਸਾਹਿਬ ਜੀ ਹਾਜੀ ਨਾਸਰ ਮੈਕੂ ਅਦਨ ਸੈਯਦਾਦਾ ਤੇਰਾ ਸਾਡਾ ਪਿਆਰ ਇਹ ਨੋ ਤੱਕ ਤੂੰ ਬਖਰ ਵਹਿੰਦਾ ਪਈ ਜੀ ਰਸਤੇ ਦੇ ਵਿੱਚ ਸਟਾਪ ਹੈ ਛੀਨਾ ਇੱਥਾਂ ਹੀ ਲਹਿ ਪਵੇ ਬਖਰ ਪੈਂਦਾ ਪਈ ਕੰਮ ਕਰਕੇ ਇਹ ਵੀ ਕੰਮ ਆਪਣਾ ਕੰਮ ਕਿਆ ਹੀ ਬੋਲੋ ਆਪਣਾ ਆਪਣਾ ਕੰਮ ਕਰਕੇ ਜਿਹੜਾ ਵਾਪਸ ਵੱਲੇ ਛੀਨੇ ਵਾਲੇ ਸਟਾਪ 'ਤੇ ਲਾਹੀ ਪਾਉਂ ਇੱਥਾਂ ਹੀ ਮੇਰਾ ਜ਼ਰੂਰੀ ਕੰਮ ਅਗਰ ਇਹ ਕੰਮ ਕਰਕੇ ਨਾ ਆਇਓ ਤੇਰੀ ਸਾਰੀ ਖਤਮ ਖੁਦਾ ਉਹਦਾ ਵਾਸਤੇ ਮੇਰੇ ਪਾਸ ਦੇਖੀ ਮੈਂ ਤਾਂ ਪਿੰਨਣ ਮੰਗਣ ਵਾਲਾ ਫਕੀਰ ਹਾਂ ਮੇਰੇ ਕੋਲੋਂ ਕੋਈ ਨਹੀਂ ਇਹਦਾ ਖਰਚਾ ਜਿਹੜਾ ਮੈਂ ਜੇਬਾਂ ਭਰੀ ਵਧਾ ਹੋਵਾਂ ਮੇਰੇ ਕੋਲੋਂ ਕੋਈ ਨਹੀਂ ਖਰਚਾ ਮੌਲਾ ਉਹਦੀ ਕਸਮ ਸਿਰਫ ਟੁੱਕਰ ਖਾਣ ਵਾਲਾ ਫਕੀਰ ਹਾਂ ਜੀ ਮੇਰੀ ਗੱਲ ਜ਼ਿਹਨ 'ਚ ਨਕਸ਼ ਕਰੀ ਅਗਰ ਇਹ ਕੰਮ ਕਰਕੇ ਨਾ ਆਇਓ ਤੇਰੀ ਸਾਰੀ ਖਤਮ ਹੁਸੈਨ ਦਾ ਨਾਨਾ ਅਬਾ ਹੱਜ ਪੜਨ ਪਿਆ ਵੇਨੇ ਤੌਹੀਦ ਦਾ ਹੁਕਮ ਥੈ ਮੇਰਾ ਮਹਿਬੂਬ ਵੇਂਦਾ ਤੇ ਉਵੇਂ ਪਈ ਜਦੋਂ ਵਾਪਸ ਵੱਲੇ ਰਸਤੇ 'ਚ ਇੱਕ ਮਕਾਮ ਹੈ ਖੁੰਬੇ ਗਦੀ ਇੱਥਾਂ ਹੀ ਲੈ ਪਾਵੀ ਲੈ ਪਾਉਣੀ ਇੱਥਾਂ ਹੀ ਮੈਂ ਅੱਲਾ ਦਾ ਮੇਰਾ ਕੰਮ ਹੈ ਜ਼ਰੂਰੀ ਅਗਰ ਇਹੋ ਕੰਮ ਕਰਕੇ ਨਾ ਆਇਓ ਖਤਮ ਖਤਮ ਕਸੀਦੇ ਦਾ ਮੌਜੂ ਖਤਮ ਕਸੀਦੇ ਦੀ ਹਾਰ ਰੱਖਾਂ ਅਨੀਸ ਸਰੇਕੀ ਦੀ ਕਲਮ ਚਾਤੀ ਮੁਹਾਵਰਾ ਹੈ ਆਉਂਦੇ ਆਉਂਦੇ ਨਾ ਮੁਹਾਵਰਾ ਹੈ ਆਉਂਦੇ ਆਉਂਦੇ ਜਿਹੜੀ ਤੇਰੀ ਸਾਡੀ ਮਾਦਰੀ ਪਿਦਰੀ ਜ਼ਬਾਨ ਹੈ ਮੈਂ ਪੰਜਾਬੀ ਨਹੀਂ ਪਿਆਦਾ ਜੀ ਲਫ਼ਜ਼ ਕਿਆ ਹੈ ਆਂਦੇ 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 ਇਹ ਮੁਹਾਵਰਾ ਤੌਹੀਦ ਨੇ ਆਪਣੇ ਮਹਿਬੂਬ ਨਾਲ ਜਿਹੜੀ ਗੱਲ ਕੀਤੀ ਹੈ ਜੀ ਉਹ ਕਸੀਦਾ ਪੇਸ਼ ਕਰ ਰੂਹਾਨੀਅਤ ਨਾਲ ਦਰੂਦ ਪੜ੍ਹੋ ਮੁਹੰਮਦ ਵਾਲ ਮੁਹੰਮਦ ਫਿਰ ਵੀ ਮੁਅੱਤਰ ਕਰੋ ਨਾਲ ਦਰੂਦ ਦੇ ਆਪਣੇ ਜ਼ਬਾਨਾਂ ਕੋਲ
ਨਾਲ ਦਿਖਾ ਦਿਓ ਦੀਦ ਮੇਰੇ ਪਾਸ ਰਹਿ ਬੰਨੇ ਅਬ ਇਹ ਬਾਤ ਇਹ ਨਜ਼ਮ ਜ਼ਬਤ ਨਾ ਟੁੱਟੇ ਮੇਰੇ ਪਾਸ ਦੇਖੀ ਜਿਹੜੇ ਮੇਰੇ ਜਿਗਰ ਚ ਕੁਰਬ ਹੈ ਜਿਹੜਾ ਮੈਂ ਕੁਰਬ ਹਾਸਲ ਕੀਤੇ ਉਹ ਇਜ਼ਹਾਰ ਪਿਆ ਕਰਨ ਦਾ ਮੈਂ ਛੂਹਾ ਨਹੀਂ ਜੋ ਤੁਹਾਡੇ ਸਾਹਮਣੇ ਝੁੰਮਰ ਮਾਰਾ ਤੈਨੂੰ ਤੂੰ ਮੇਰੇ ਕੋ ਦਾਤ ਦੇ ਮੈਂ ਅਨੀਸ਼ੇ ਸਰੇ ਕੀ ਫਰਮੇਨ ਤੌਹੀਦ ਨੇ ਮੁਹਿਬ ਨੇ ਮਹਿਬੂਬ ਨਾਲ ਕਿਹੜੀ ਗੱਲ ਕੀਤੀ ਹੈ ਮੁਹਿਬ ਫਰਮੇਨ ਨਬੀ ਯਹਾਂ ਦਾ ਤੂੰ ਹੋ ਸ਼ੈ ਨਸ਼ਾਹਾਜ਼ੀਆਂ ਤੂੰ ਨਬੀ ਯਹਾਂ ਦਾ ਤੂੰ ਸ਼ੈ ਨਸ਼ਾਹਾਜ਼ੀਆਂ ਨਬੀ ਯਾਦ ਤੂੰ ਹੋਸ਼ੇ ਨਸ਼ਾ ਜੀਆ ਗੂੰ ਚਪੈ ਰਾਮ ਮੈਂ ਸੁਣਾ ਆਂਜਲਾ ਦੇ ਨਬੀਆਂ ਦਾ ਤੂੰ ਸ਼ਹਿਨਸ਼ਾਹ ਹਾਜ਼ੀਆਂ ਤੂੰ ਜਪੈ ਗਮ ਮਹਿਦਾ ਸੁਣਾ ਬੋਲੋ ਇਹ ਆਂਦੇ ਆਂਦੇ ਨਹੀਂ ਬੁਲਾਵਣਾ ਜਪੈ ਗਮ ਮਹਿਦਾ ਸੁਣਾ ਆਂਦੇ ਆਂਦੇ ਦੀਦ ਮੇਰੇ ਪਾਸ ਰਹਿ ਬਣੇ ਨਬੀਆਂ ਦਾ ਤੂੰ ਸ਼ਹਿਨਸ਼ਾਹ ਹਾਜ਼ੀਆਂ ਤੂੰ ਜ਼ਿੰਦਗੀ ਦਰਾਜ਼ ਹੋਏ ਸੱਤਰ ਪੇਸ਼ ਕਰਨ ਨਾ ਬਹਿ ਕੇ ਬੋਲ ਉੱਠ ਕੇ ਨਾ ਜੀ ਤੁਹਾਡੇ ਪਾਸੇ ਸੱਤਰ ਕੈਸੀ ਹੈ ਕੀ ਮੈਂ ਸੁਣਾ ਵਾ ਕੱਚੀਆਂ ਰੇ ਮੇਰੇ ਪਾਸੇ ਲਿਖਾ ਹੈ ਜ਼ਿੰਦਗੀ ਦਰਾਜ਼ ਹੋਏ ਉਹ ਜ਼ਾਤ ਫਰਮੈਂਦੀ ਹੈ ਮੇਰਾ ਮਹਿਬੂਬ ਅੱਲਾਹ ਕਰੇ ਮੈਂ ਸਮਝਾ ਸਕਾਂ ਮੇਰੇ ਮਹਿਬੂਬ ਅੱਜ ਕੱਲ ਮੈਂ ਤੂੰ ਮੈਂ ਤੇਰੇ ਖੂਨ ਦਾ ਇਜ਼ਹਾਰ ਦੇਖਦਾ ਜੋ ਫਾਰਮੀ ਕੌਣ ਨੇ ਤੇ ਮਾਂ ਖੀਰ ਕੈਸਾ ਕੈਸਾ ਦੇਖੋ ਮੇਰੇ ਪਾਸ ਦੇਖ ਸਾਹਿਬ ਤਕਵਾ ਲੋਗ ਹੈ ਸਭ ਫਕੀਰ ਹੈ ਭਈਆ ਬੀਬ ਸ਼ਾਹ ਜੀ ਸੱਤਰ ਪੇਜ ਪਿਆ ਕਰਨ ਕਦਰਦਾਨ ਪਿਆ ਪੜਦਾ ਅੱਜ ਕੱਲ ਮੈਂ ਕੂੰ ਅੱਜ 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 ਕੱਲ ਮੈਂ ਕੂੰ ਕਾਮਿਲ ਕਰ ਦੇ ਕਿਹੜਾ ਵੱਡਾ ਮਜਮਾ ਮੈਂ ਤੇਰੇ ਖੂਨ ਦਾ ਇਜ਼ਹਾਰ ਦਾ ਵਾਲੀ ਦੀ ਮੁਹੱਬਤ ਰੱਖਣ ਵਾਲਾ ਅੱਜ ਕੱਲ ਮੈਂ ਕੂੰ ਲਫ਼ਜ਼ ਕਾਮਿਲ ਕਾਮਿਲ ਕਲਮਤ ਫਲਹਿਨ ਲਾ ਇਲਾਹ ਇਲੱਲਾ ਮੁਹੰਮਦ ਰਸੂਲਲਾ ਲਫ਼ਜ਼ ਕਾਮਿਲ ਕਹੇ ਓਏ ਮਿੱਟੀ ਕੋ ਕਾਬੂ ਨਾ ਕਰੀ ਮੇਰੇ ਪਾਸ ਦੇਖੇ ਜ਼ਿੰਦਗੀ ਦਰਾ ਹੋਏ ਅੱਜ ਕੱਲ ਮੈਂ ਕੂੰ ਕਾਮਿਲ ਕਰ ਦੇ ਨਾਲ ਅਲੀ ਕੂੰ ਸ਼ਾਮਿਲ ਅੱਜ ਕੱਲ ਮੈਂ ਕਾਮਿਲ
میں حق بات کے پیادہ کچھی آلے جو کلم سفر کرے تیرے اذہان میں سفر تیرے حسین سفر تھی بے آج کلمے کن کامل کر دے نال یلی کن سامل کر دے اللہ بیا دے ستر پیش کرنا میرے پاس امام دی قسم ہے کچھی والے جڑا زندگی بھر ذاکر جگو جن دی زبان نہیں ہلی وہ بندہ دیکھے میرے پاس ستر کیسی ہے اب توجہ جانا بھائی حبیب شاہ جی ستر کیسی ہے وہ ذات فرمیندی ہے توڑے 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 ذات پیا گی توڑے دوست تیرے تنگ تھیم توڑے 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 دوست تیرے تنگ تھیم بچے یا نہ بچے پیمن اجانا 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 تک علی امام دی عظمت دا واسطہ ہے میرے پاس لکھی توڑے دوست تیرے تنگ تھیمن بچے یا نہ بچے پیمن علی دی ملا
بنی کے مخالف کو پتھر مرے سا بنی کے مخالف کو پتھر مرے سا حشر عید سب کو دکھا آندھے آندھے فقیر لوگ نیاز گھرتے ہیں جی نیاز مکے نہ چلتی رہے شبیر لنگر چ ٹکر چلتا رہے زندگی دراو اسا او لوگ ہے او لوگ میرے پاس دیکھے مقدہ پیش خدمت ابا مقدہ کیا ہے آسوی مرحوم نے ابا مقدہ لکھے اپنی 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 اللہ پیا دے اپنی 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 ختم نبوت کر دے جو آسوی مرحوم لکھا کیا ہے اپنی ختم نبوت کر دے ایندی رائج امامت کر دے اپنی ختم نبوت کر دے ایندی رائج امامت کر دے آسو مرحوم مکتا لکھے ایندی رائج امامت کر دے اللہ پیا دے جنہ ہاتھ پکڑی کھڑیے کونے اے خادم ہے گئے
ਫਾਇਦਾ ਕੱਚਿਆ ਦੀ ਕਹਿੰਦਾ ਟਾਈਮ ਨੇ ਇਹੋ ਟਾਈਮ ਆ ਜਿਹੜੇ ਵੇਲੇ ਚਾਚਾ ਫਤਰੀ ਦਾ ਗੱਲ ਲੱਗੇ ਮੁਹੰਮਦ ਹਨਫੀਆ ਦੇ ਹੱਥ ਸਜਾ ਦੀ ਕਣਦੇ ਆਏ ਬਾਕਰ ਦਾ ਬਾਬਾ ਬਹਦਾ ਵਿੱਚ ਬੈਠੇ